ਦਰਬਾਰ ਸਾਹਿਬ ਦੀ ਯਾਤਰਾ ਵਾਸਤੇ ਆਈ ਸੀਗੇ ਜੀ, ਅਤੇ ਅਸੀਂ ਕੱਲ੍ਹ ਦਰਬਾਰ ਸਾਹਿਬ ਸੀਗੇ ਜੀ ਯਾਤਰਾ ਦੇ ਦੌਰਾਨ ਜੀ, ਅਤੇ ਉਸ ਤੋਂ ਬਾਅਦ ਅਸੀਂ ਅੱਗੇ ਜਾਣਾ ਸੀਗਾ ਜੀ ਆਪਣੇ ਦਮਦਮੀ ਟਕਸਾਲ ਅਜਨਾਲੇ ਉੱਥੇ, ਕਿਉਂਕਿ ਦਮਦਮੀ ਟਕਸਾਲ ਸੰਪਰਦਾਇ ਵਿੱਚ ਜਿਹੜੀ ਮਹਾਂਪੁਰਸ਼ਾਂ ਦੀ ਵਰਸੀ ਸਮਾਗਮ ਸੀਗਾ ਜੀ, ਅਤੇ ਅਸੀਂ ਉੱਥੇ ਚਲੇ ਗਏ ਜੀ, ਅਤੇ ਰਸਤੇ ਵਿੱਚ ਸਾਨੂੰ ਆਪਣੇ ਸਿੰਘਾਂ ਦੇ ਫੋਨ ਆਉਣ ਲੱਗ ਗਈ ਸੀਗੀ ਜੀ, ਚਲੋ ਅਸੀਂ ਗੁਰਭਾਈ ਜਾਣ ਕੇ ਉਹਨਾਂ ਨਾਲ ਕੋਈ ਝੂਠ ਨਹੀਂ ਬੋਲਿਆ, ਜੋ ਸੱਚ ਗੱਲਬਾਤ ਸੀਗੀ ਵੀ ਅਸੀਂ ਕਿੱਥੇ ਹੈਗੇ ਹਾਂ ਕਿੱਥੇ ਨਹੀਂ, ਅਸੀਂ ਉਹਨਾਂ ਨੂੰ ਦੱਸੀ ਗਏ ਵੀ ਬਾਈ ਅਸੀਂ ਹੁਣ ਦਰਬਾਰ ਸਾਹਿਬ ਹਾਂ ਅਤੇ ਹੁਣ ਅਸੀਂ ਅਜਨਾਲੇ ਨੂੰ ਜਾ ਰਹੇ ਹਾਂ ਜੀ, ਅਤੇ ਉਦੋਂ ਅਸੀਂ ਅਜਨਾਲੇ ਚਲੇ ਗਏ, ਅਤੇ ਚਲੋ ਪਿੱਛਾ ਕਰਦੇ ਕਰਦੇ ਮਗਰ ਆ ਗਏ ਅੰਮ੍ਰਿਤਧਾਰੀ ਸਿੰਘ ਸੀਗੇ ਤਿੰਨ, ਜਿਨ੍ਹਾਂ ਨੇ ਜਿਹੜੇ ਟਕਸਾਲ ਵਿੱਚ ਆਏ ਸੀਗੇ ਉੱਥੇ ਮੇਰੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਅਤੇ ਆਉਂਦੀ ਸਾਰੇ ਇਹ ਅੰਮ੍ਰਿਤਪਾਲ ਸਿੰਘ ਨੂੰ ਗਲਤ ਬੋਲਣ ਲੱਗ ਗਏ ਸੀਗੇ ਜੀ ਵੀ ਉਹ ਮਾੜਾ ਬੰਦਾ ਏ ਇੱਦਾਂ, ਫਿਰ ਮੈਂ ਵੀ ਦੱਸਿਆ ਵੀ ਸਾਡੇ ਨਾਲ ਇੱਕ ਨਾ ਘਟਨਾ ਵਾਪਰੀ ਵੀ ਤਾਂ ਕਰਕੇ ਅਸੀਂ ਉਹਨਾਂ ਦੇ ਇਹ ਚੀਜ਼ ਦੇ ਖਿਲਾਫ ਹਾਂ ਜੀ, ਅਤੇ ਬਾਅਦ ਵਿੱਚ ਜੋ ਗੱਲਬਾਤ ਨਿਕਲੀ ਵੀ ਉਹ ਤਾਂ ਮੈਨੂੰ ਬਾਅਦ 'ਚੋਂ ਗੱਲਾਂ ਵਿੱਚ ਕਰਦੇ ਕਰਦੇ ਟਕਸਾਲ ਤੋਂ ਬਾਹਰ ਲੈ ਗਈ ਜੀ, ਅਤੇ ਉੱਥੇ ਇਹਨਾਂ ਦੇ ਜਿਹੜਾ ਆਪਣੇ ਪਲਾਨ ਦੇ ਮੁਤਾਬਕ ਜੋ ਇਹਨਾਂ ਦੀ ਮਨਸ਼ਾ ਸੀਗੀ ਜੀ ਮੈਨੂੰ ਅਗਵਾਹ ਕਰਕੇ ਲੈ ਕੇ ਜਾਣ ਦੀ, ਉਹ ਇਹਨਾਂ ਦਾ ਈਸੀਜੂ ਦਾ ਪਿੱਕਾ ਆ ਗਿਆ ਅਤੇ ਚਾਰ ਪੰਜ ਸਿੰਘ ਉਹਦੇ ਵਿੱਚ ਸੀਗੇ ਜੀ ਬੰਦੇ ਇਹਨਾਂ ਦੇ, ਅਤੇ ਮੈਨੂੰ ਉੱਥੇ ਦੇ ਧੁੱਕ ਆਪਣਾ ਮਾਰ ਕਟਾਈ ਕਰਦੇ ਕਰਦੇ ਜੀ ਮੈਨੂੰ ਗੱਡੀਆਂ 'ਚ ਪਾ ਕੇ ਆਪਣਾ ਜੰਡਿਆਲੇ ਗੁਰੂ ਵੱਲ ਨੂੰ ਲੈ ਗਈ ਜੀ, ਜਦੋਂ ਮੈਨੂੰ ਬਾਅਦ 'ਚ ਪਤਾ ਲੱਗੇ ਵੀ ਜੰਡਿਆਲਾ ਗੁਰੂ ਹੈ ਜੀ, ਅਤੇ ਜਦੋਂ ਅੱਗੇ ਅਸੀਂ ਉੱਥੇ ਪਹੁੰਚੇ ਕਿ ਹਨੇਰਾ ਹੋ ਗਿਆ ਸੀਗਾ ਕਾਫੀ ਜਿੱਦਾਂ, ਅਤੇ ਉਦੋਂ ਉੱਥੇ ਪਹਿਲਾਂ ਹੀ ਪੰਜ ਛੇ ਗੱਡੀਆਂ ਖੜੀਆਂ ਸੀਗੀਆਂ, ਅਤੇ ਮੈਨੂੰ ਗੱਡੀ 'ਚ ਕੱਢ ਦੀ ਸਾਰੇ ਜੀ, ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਮੈਂ ਦੇਖਿਆ ਉਹ ਅੰਮ੍ਰਿਤਪਾਲ ਸਿੰਘ ਸੀਗੇ ਜੀ, ਮੈਂ ਉਹਨਾਂ ਨੂੰ ਆਪਣੀ ਗੁਰਫਤਿਹ ਬੁਲਾਈ ਜੀ, ਅਤੇ ਉਹਨਾਂ ਨੇ ਮੈਨੂੰ ਗੁਰਫਤਿਹ ਦਾ ਕੋਈ ਜਵਾਬ ਦਿੱਤਾ ਨਹੀਂ ਜੀ, ਅਤੇ ਕਹਿੰਦੇ ਵੀ ਤੂੰ ਵਰਿੰਦਰ ਸਿੰਘ ਆ, ਮੈਂ ਕਿਹਾ ਹਾਂਜੀ, ਬਸ ਇੰਨੀ ਕੁ ਗੱਲ ਕਹੀ ਤੀ ਜੀ, ਉਹਨਾਂ ਨੇ ਮੈਨੂੰ ਦੋਨੇ ਹੱਥਾਂ ਨਾਲ ਮੇਰਾ ਮੂੰਹ 'ਤੇ ਚਪੇੜਾਂ ਭਰਨਾ, ਸਿਰ 'ਤੇ ਮੁੱਕੇ ਮਾਰਨ ਲੱਗ ਗਏ, ਅਤੇ ਨਾਲੇ ਮੈਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਗਏ, ਅਤੇ ਨਾਲੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਏ ਵੀ ਤੇਰਾ ਪਰਿਵਾਰ ਖਤਮ ਕਰ ਦੂੰਗੇ ਅਸੀਂ, ਤੂੰ ਸਾਡੇ ਖਿਲਾਫ਼ ਪੋਸਟਾਂ ਪਾਉਂਦਾ ਜੀ, ਤੂੰ ਵੀ ਸਾਡੇ ਖਿਲਾਫ਼ ਕਾਹਤੇ ਅੱਕਣਾ ਪੋਸਟਾਂ ਪਾਉਂਦਾ ਜੀ। ਜਿਹੜੀਆਂ ਪੋਸਟਾਂ ਪਾਈਆਂ ਕੀ ਆ? ਅਭਰੀ ਉਹਨਾਂ ਮੈਂ ਇਹਨਾਂ ਦੇ ਜਥੇ ਵਿੱਚ ਸੀਗੇ, ਕੋਈ ਮਾੜੀ ਮੋਟੀ ਊਣਤਾਈ ਸੀਗੀ, ਵੱਧ ਸੀਗੀ ਊਣਤਾਈ ਤਾਂ ਧੀਆਂ ਭੈਣਾਂ ਦੀ ਇੱਜ਼ਤ ਦੀ ਗੱਲ ਸੀਗੀ, ਅਤੇ ਅਸੀਂ ਉਹ ਜਥੇ ਦਾ ਢਾਂਚਾ ਸੁਧਾਰਨ ਵਾਸਤੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਹਾਂ ਜੀ ਕਾਫੀ ਵਾਰੀ, ਅਤੇ ਅਸੀਂ 5 ਨਵੰਬਰ ਨੂੰ ਸਿੰਘਾਂ ਵਾਲਾ ਪਿੰਡ ਵੀ ਜਾ ਕੇ ਆਏ ਹਾਂ ਜੀ ਵੀ ਤੁਸੀਂ ਆਪਣੇ ਜਥੇ ਵਿੱਚ ਸੁਧਾਰ ਕਰੋ ਭਾਈ ਸਾਹਿਬ, ਤੁਸੀਂ ਵੀ ਵਧੀਆ ਬੰਦੇ ਹੋ ਜੀ, ਵੀ ਤੁਹਾਡੇ ਜਥੇ ਵਿੱਚ ਮਾੜੇ ਸਿੰਘ ਜੁੜ ਰਹੇ ਹਾਂ ਜਿਹੜੇ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟਦੇ ਆ ਜੀ, ਹੈ ਨਾ, ਅਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਅਰਦਾਸਾਂ ਕਰਾ ਕਰਾ ਕੇ ਇਹ ਮੁੱਕਰਦੇ ਹਾਂ ਵੀ ਜਿਹੜੇ ਬੰਦੇ ਅੱਜ ਗੁਰੂ ਦੀ ਇੱਜ਼ਤ ਨਹੀਂ ਕਰਦੇ ਹੈਗੇ ਇਹ ਕੱਲ੍ਹ ਨੂੰ ਤੁਹਾਡੀ ਇੱਜ਼ਤ ਕਿਆ ਕਰਨਗੇ, ਵੀ ਤੁਹਾਨੂੰ ਮਰਾ ਵੀ ਸਕਦੇ ਆ ਜੀ, ਅਤੇ ਇਸੇ ਵਜ੍ਹਾ ਕਰਕੇ ਫਿਰ ਮੈਂ DGP ਪੰਜਾਬ ਨੂੰ ਵੀ ਸ਼ਿਕਾਇਤ ਕੀਤੀ ਸੀਗੀ ਜੀ, ਹਮਾਇਤ ਵਿੱਚ ਰਹੇ ਹਾਂ ਜੀ, ਪਹਿਲਾਂ ਅਸੀਂ ਖੁਦ DGP ਪੰਜਾਬ ਨੂੰ ਸ਼ਿਕਾਇਤ ਕੀਤੀ ਸੀਗੀ ਜੀ ਵੀ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਹੈ, ਇਹਦੀ ਜਾਨ ਬਚਾਈ ਜਾਵੇ, ਵੀ ਇਹ ਭਾਈ ਸਾਹਿਬ ਨਸ਼ਿਆਂ ਨੂੰ ਸਿੰਘਾਂ ਨੂੰ ਛਡਾਉਂਦੇ ਆ ਜੀ, ਗੁਰਬਾਣੀ ਦਾ ਪ੍ਰਚਾਰ ਕਰਦੇ ਆ, ਪਰ ਜਿਉਂ ਜਿਉਂ ਇਹਨਾਂ ਦੇ ਪ੍ਰਚਾਰ ਵਿੱਚ ਢਿੱਲਾ ਪਹਿਰਾ ਆਉਂਦਾ ਰਿਹਾ ਜੀ, ਇਹ ਕੋਈ ਹੋਰੇ ਗੱਲਾਂ ਕਰਨ ਲੱਗ ਗਏ ਜੀ, ਹੈ ਨਾ, ਵੀ ਜਿਵੇਂ ਧਾਰਮਿਕ ਬੰਦਿਆਂ 'ਚ ਲੜਾਈ ਪਾਉਣ ਵਾਲੀਆਂ ਗੱਲਾਂ ਜੀ, ਸੰਪਰਦਾਵਾਂ ਵਿੱਚ ਲੜਾਈ ਪਾਉਣ ਵਾਲੀਆਂ ਗੱਲਾਂ, ਅਤੇ ਆਮ ਸਮਾਜ ਵਿੱਚ ਖਤਰਾ ਜਿਹਾ ਪੈਦਾ ਕਰਨ ਵਾਲੀਆਂ ਗੱਲਾਂ, ਜਦੋਂ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਉਦੋਂ ਤਾਂ ਬਹੁਤ ਚੰਗੇ ਲੱਗਦੇ ਸੀਗੇ ਜੀ, ਵੀ ਮੀਡੀਆ ਵਿੱਚ ਲੈਕਚਰ ਦੇਣੇ ਜਾਂ ਪ੍ਰਚਾਰ ਕਰਨਾ, ਪਰ ਜਦੋਂ ਇਹਨਾਂ ਦੀ ਨਿੱਜੀ ਜ਼ਿੰਦਗੀ ਦੇਖੀ ਤਾਂ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ, ਸਟੇਜੀ ਲਾਈਫ ਦਾ ਅਤੇ ਰੀਅਲ ਦੀ ਜ਼ਿੰਦਗੀ ਦਾ, ਨਿੱਜੀ ਦਾ ਬਹੁਤ ਫਰਕ ਹੈ, ਨਾਲ ਹੋਇਆ ਮੇਰੀ ਕੇਸਾਂ ਦੀ ਬੇਅਦਬੀ ਵੀ ਹੋਈ ਆ, ਅਤੇ ਵਾਰ ਵਾਰ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ, ਤੇਰੀ ਭੈਣ ਦੀਆਂ ਫੋਟੋਆਂ ਕੱਢ ਲਈਆਂ, ਤੇਰੇ ਭਾਈ ਦਾ ਐਡਰੈਸ ਕੱਢ ਲਿਆ ਸੀ ਵੀ ਅਸੀਂ ਉਹ ਮਾਰ ਦੇਣੇ, ਬਾਹਰ ਰਹਿੰਦੇ ਹਾਂ ਜੀ, ਵੀ ਤੇਰਾ ਪਰਿਵਾਰ ਮਾਰ ਦੇਣਾ ਜੇ ਤੂੰ ਪੁਲਿਸ ਕੋਲ ਸਾਡੀ ਸ਼ਿਕਾਇਤ ਕਰੂੰਗਾ ਜਾਂ ਤੂੰ ਟਕਸਾਲ 'ਚ ਜਾ ਕੇ ਦੱਸੂਗਾ, ਜਾਣੀ ਇੰਨੀ ਕਿ ਇਹਨਾਂ ਨੇ ਗੁੰਡਾਗਰਦੀ ਕਰੀ ਇੱਕ ਅੰਮ੍ਰਿਤਧਾਰੀ ਸਿੰਘ ਨਾਲ ਜੀ, ਕਹਿੰਦੇ ਜੇ ਤੇਰੀ ਜਗ੍ਹਾ ਰੋਡਾ ਹੁੰਦਾ ਸੀ ਮਾਰ ਕੇ ਸਿੱਟ ਦੇਣਾ ਤੇ ਜੀ, ਵੀ ਮੇਰੇ ਨਾਲ ਇੰਨੀ ਹੋ ਕੇ ਵੀ ਇਹ ਘੱਟ ਕਹਿੰਦੇ ਆ ਜੀ। ਵਰਿੰਦਰ ਸਿੰਘ ਸਨ ਆਫ ਸੁਖਦੇਵ ਸਿੰਘ ਇੱਥੇ ਹਸਪੀਟਲ ਦਾਖਲ ਸੀ, ਇਨਫੋਰਮੇਸ਼ਨ ਆਈ ਸਾਨੂੰ ਅਤੇ ਅਸੀਂ ਉੱਥੇ ਗਏ ਹਾਂ, ਤਾਂ ਉਹਨੇ ਆਪਣਾ ਬਿਆਨ ਲਿਖਾਇਆ ਕਿ ਮੈਂ ਕੱਲ੍ਹ ਪਿੰਡੋਂ ਆਪਣੇ ਨਾਲ ਇਹਨਾਂ ਦੇ ਜਸਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦੋ ਬੰਦੇ ਨੇ ਉੱਧਰ ਅਲੱਗ ਅਲੱਗ ਪਿੰਡਾਂ ਦੇ ਚਮਕੌਰ ਸਾਹਿਬ ਦੇ ਮਾਛੀਵਾੜਾ ਦੇ, ਉਹਨਾਂ ਦੇ ਨਾਲ ਆਇਆ ਸੀ ਇੱਥੇ ਬਾਬਾ ਜੀ ਕੋਲ, ਭਾਈ ਅਮਰੀਤ ਸਿੰਘ ਹੋਣਾ ਦੇ ਇੱਥੇ ਸਮਾਗਮ ਚੱਲ ਰਹੇ ਨੇ ਦੋ ਤਿੰਨ ਮੁੱਦੇ, ਉੱਥੇ ਮੈਂ ਆਇਆ ਅਤੇ ਮੈਨੂੰ ਕਿਸੇ ਦਾ ਫੋਨ ਆਇਆ ਕਿ ਜਿਹੜਾ ਤੁਹਾਡਾ ਇਸ਼ੂ ਕੋਈ ਚੱਲਦਾ ਇਹਨਾਂ ਨਾਲ ਭਾਈ ਅੰਮ੍ਰਿਤ ਸਿੰਘ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ, ਅਤੇ ਉਹਦੇ ਬਾਰੇ ਕੋਈ ਵਿਚਾਰ ਸਾਂਝਾ ਕਰਨੀਆਂ ਨੇ, ਉਹ ਇੱਥੇ ਇਹਨਾਂ ਨੂੰ ਸੱਦ ਲਿਆ ਇਹਨਾਂ ਨੇ, ਇੱਥੇ ਗਏ ਨੇ ਅਤੇ ਉਹਨਾਂ ਨੂੰ ਗੱਲਾਂ ਮਿੱਠੀਆਂ ਜਿਹੀਆਂ ਲਾ ਕੇ ਅਤੇ ਡੇਰੇ ਤੋਂ ਬਾਹਰ ਲੈ ਗਏ, ਅਤੇ ਮੁੜ ਕੇ ਕਾਲੀ ਇੱਕ ਗੱਡੀ ਸੀ ਅਤੇ ਇੱਕ ਸੁਜੂ ਸੀ ਕਾਲੇ ਰੰਗ ਦੀ, ਉਹਦੇ 'ਚ ਇਹਨੂੰ ਲੈ ਕੇ ਕਿਡਨੈਪ ਕਰਕੇ ਧੱਕੇ ਨਾਲ ਲੈ ਕੇ ਚਲੇ ਗਏ ਅਨਨੋਨ ਜਗ੍ਹਾ 'ਚ ਜਾ ਕੇ, ਉੱਥੇ ਮਾਰ ਕੁਟਾਈ ਕੀਤੀ। ਇਹਨੇ ਆਪਣੇ ਫਿਰ ਬਿਆਨਾਂ 'ਚ ਦੱਸਿਆ ਕਿ ਉੱਥੇ ਅੰਮ੍ਰਿਤਪਾਲ ਸਿੰਘ ਵੀ ਸੀ ਅਤੇ ਉਹਦੇ ਨਾਲ ਹੋਰ ਵੀ ਸਿੰਘ ਹੈਗੇ ਸੀ ਜਿਨ੍ਹਾਂ ਨੇ ਇਹਦੇ ਕਾਫੀ ਮਾਰ ਕੁਟਾਈ ਕੀਤੀ, ਇਹਦਾ ਮੈਡੀਕਲ ਕਰਾਇਆ ਗਿਆ ਜੀ, ਕੇਸ ਰਜਿਸਟਰਡ ਕਰ ਦਿੱਤਾ ਜੀ, ਕੇਸ ਰਜਿਸਟਰਡ ਕਰ ਦਿੱਤਾ ਜਿਨ੍ਹਾਂ ਦਾ ਵੀ ਉਹਨਾਂ ਨੇ ਬਿਆਨ ਲਿਖਾਇਆ ਅੰਮ੍ਰਿਤਪਾਲ ਸਿੰਘ ਵਗੈਰਾ ਦੇ, 5-6 ਬਾਈ ਨੇਮ ਹੋਰ ਹੈਗੇ ਨੇ, ਅਤੇ ਇਸ ਤੋਂ ਇਲਾਵਾ
ਜਿਹੜੇ ਅਨਨੋਨ ਸੀ ਜਿਹੜਾ ਉਹ ਕਹਿੰਦਾ ਕਿ ਮੈਂ ਮੇਰੇ ਸਾਹਮਣੇ ਆਣ ਕੇ ਤੇ ਮੈਂ ਉਹਨਾਂ ਨੂੰ ਪਹਿਚਾਣ ਸਕਦਾ ਬੇਸਿਕਲੀ ਇਹ ਕਹਿੰਦਾ ਸੀ ਕਿ ਆਪਣਾ ਜਿਹੜਾ ਬਿਆਨ ਦਿੱਤਾ ਉਹਦੇ ਮੁਤਾਬਕ ਕਿ ਅੰਮ੍ਰਿਤਪਾਲ ਸਿੰਘ ਸਿੱਖੀ ਦੇ ਪ੍ਰਚਾਰ ਦੇ ਸਹੀ ਤਰੀਕੇ ਨਾਲ ਹੁਣ ਸਮਾਜ ਨੂੰ ਭੜਕਾ ਰਿਹਾ ਸੀ ਭਟਕਾ ਰਿਹਾ ਸੀ ਗਲਤ ਜਿਹਦੇ ਨਾਲ ਸਮਾਜ ਦੇ ਵਿੱਚ ਸਿੱਖ ਕਮਿਊਨਿਟੀ 'ਚ ਫ੍ਰਿਕਸ਼ਨ ਪੈਦਾ ਹੋ ਰਹੀ ਸੀ ਅਤੇ ਮੈਂ ਉਸ ਨੂੰ ਇਸ ਗੱਲ ਤੋਂ ਰੋਕਣਾ ਚਾਹੁੰਦਾ ਸੀ ਅਤੇ ਜਿਸ ਲਈ ਉਹ ਨਹੀਂ ਰੁਕੇ ਤਾਂ ਮੈਂ ਆਪਣੀ ਫੇਸਬੁੱਕ 'ਤੇ ਲਾਈਵ ਹੋ ਕੇ ਸਾਰਾ ਦੁਨੀਆ ਨੂੰ ਮੈਂ ਦੱਸਿਆ ਅਤੇ ਇਸ ਕਰਕੇ ਮੇਰੇ ਉਹ ਥੋੜ੍ਹੇ ਵੈਰੀ ਹੋ ਗਏ।